आगे, सब के आगे काम से टकराएगा, हो जाएगा काम से टकराएगा, हो जाएगा खादिम में एकता जिंदाबाद। ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼, ਮੈਂ ਹਾਂ ਤੁਹਾਡੇ ਨਾਲ ਅੰਜਲੀ। ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਫਗਵਾੜਾ ਦੇ ਵਰਕਰਾਂ ਵੱਲੋਂ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਫਗਵਾੜਾ ਦੇ ਪ੍ਰਧਾਨ ਧਰਮਵੀਰ ਸੇਠੀ ਦੀ ਅਗਵਾਈ ਵਿੱਚ ਨਗਰ ਨਿਗਮ ਫਗਵਾੜਾ ਵਿੱਚ ਕੰਮ ਕਰਦੇ ਕਰੀਬ 134 ਸਫਾਈ ਕਰਮਚਾਰੀਆਂ ਨੂੰ ਪੱਕੇ ਕਰਵਾਉਣ ਸੰਬੰਧਿਤ ਜੁਆਇੰਟ ਕਮਿਸ਼ਨਰ ਫਗਵਾੜਾ ਕੁਲਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਧਰਮਵੀਰ ਸੇਠੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਫਾਈ ਸੇਵਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿਸ ਦੇ ਬਾਵਜੂਦ ਵੀ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਦੇ ਸੰਬੰਧ ਵਿੱਚ ਅੱਜ ਇੱਕ ਵਾਰ ਫਿਰ ਸਮੂਹ ਸਫਾਈ ਸੇਵਕ ਇਕੱਠੇ ਹੋ ਕੇ ਨਗਰ ਨਿਗਮ ਦਫ਼ਤਰ ਪਹੁੰਚੇ, ਜਿੱਥੇ ਉਹਨਾਂ ਨੇ ਆਪਣੀ ਹੱਕੀ ਮੰਗਾਂ ਦੇ ਸੰਬੰਧ ਵਿੱਚ ਇੱਕ ਮੰਗ ਪੱਤਰ ਜੁਆਇੰਟ ਕਮਿਸ਼ਨਰ ਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਉਹਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਗਿਆ ਤਾਂ ਉਹ 5 ਤਰੀਕ ਤੋਂ ਅਣਮੱਥੇ ਸਮੇਂ ਲਈ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਪ੍ਰਸ਼ਾਸਨ ਅਧਿਕਾਰੀਆਂ ਦੀ ਹੋਵੇਗੀ। ਹੋਰ ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਦੇ ਆਗੂਆਂ ਨੇ ਕੀ ਕੁਛ ਕਿਹਾ, ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਵਿੱਚ। ਫਗਵਾੜਾ ਤੋਂ ਸ਼ਨਜੀਤ ਸਿੰਘ ਸੋਨੀ ਦੇ ਨਾਲ ਜਸ਼ ਸ਼ਰਮਾ ਦੀ ਰਿਪੋਰਟ। ਅੱਜ ਨਗਰ ਨਿਗਮ ਹਾਲ ਦੇ ਵਿੱਚ ਖੜ੍ਹੇ ਹਾਂ, ਕੀ ਮਾਮਲਾ? ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕਿ, ਜੈ ਭੀਮ। ਅੱਜ ਜਿਹੜੀ ਅਸੀਂ ਮੰਗ ਪੱਤਰ ਦਿੱਤਾ ਵਾ, ਕਾਫੀ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਵਾ ਸਾਰਿਆਂ ਨੂੰ ਕਹਿ ਚੁੱਕੇ, ਪਰ ਕਿਸੇ ਨੇ ਸਾਡੀ ਇਸ ਗੱਲ 'ਤੇ ਗੌਰ ਨਹੀਂ ਕੀਤੀ। ਅੱਖ ਕੇ ਸਾਨੂੰ ਇਹ ਮਜ਼ਬੂਰਨ ਕਦਮ ਚੱਕਣਾ ਪਿਆ ਕਿ ਅਸੀਂ 3 ਦਿਨ ਉਹਨਾਂ ਨੂੰ ਅਲਟੀਮੇਟਮ ਦਿੱਤਾ ਵਾ, ਅਗਰ 4 ਤਰੀਕ ਸਾਡੀ ਕੋਈ ਮੰਗ ਨਾ ਮੰਨੀ ਗਈ ਤਾਂ ਵੀਰਵਾਰ ਨੂੰ ਜਿਹੜੇ ਸਾਡੇ ਜਿੰਨੇ ਮੁਲਾਜ਼ਮ ਆ, ਕੱਚੇ ਮੇਰੇ ਸਾਥੀ ਜਾਂ ਮੁਲਾਜ਼ਮ ਆ, ਉਹ ਸਾਰੇ ਹੜਤਾਲ 'ਤੇ ਜਾਣਗੇ। ਇਹਦਾ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ, ਕਿ ਕਾਫੀ ਕੋਈ ਕਿਸੇ ਨੂੰ 15 ਸਾਲ ਹੋ ਗਏ, ਕਿਸੇ ਨੂੰ 20 ਸਾਲ ਲੱਗੇ ਨੇ ਹੋ ਗਏ। ਜਦੋਂ ਅਸੀਂ ਅੰਦਰ ਮੈਡਮ ਕੋਲ ਗਏ ਹਾਂ, ਉਹਨੇ ਸਾਨੂੰ ਦਿੱਤਾ 102 ਬੰਦੇ ਕਰਨੇ, ਜਿਹੜੇ ਬਾਕੀ ਉਮਰੇ ਬੰਦੇ ਉਸ ਨਹੀਂ ਰੱਖਣੇ। ਮੈਂ ਉਹਨੂੰ ਇੱਕ ਸਵਾਲ ਕੀਤਾ ਵੀ ਜਿਹੜੇ 32 ਬੰਦੇ ਆ, ਇਹਨਾਂ ਦੀ ਉਮਰ ਕਿੱਥੇ, ਇੱਥੇ ਕਿੱਥੇ ਉਮਰ ਇਹਨੇ ਬੀਤੀ, ਕੋਈ ਇਹ ਘਰ ਵੱਡੇ ਉਮਰ ਤਾਂ ਬੀਤੀ ਨਹੀਂ। ਉਹ ਕਮਿਸ਼ਨਰ ਸਾਨੂੰ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ। ਉਹ ਇਹੀ ਕਹਿ ਜਾਂਦੇ 102, ਅਸੀਂ 102 ਨਹੀਂ ਕਰਾਉਣੇ, 134 ਕਰਾਉਣੇ, ਜਿਹੜੇ ਕਿ 20-20 ਸਾਲ ਤੋਂ, ਜਿਹੜੇ ਪਹਿਲੇ ਮੰਦਾ ਸੈਨਿਕ ਕਮੇਟੀਆਂ 'ਚ ਲੱਗੇ ਸੀਗੇ, ਉਹਨਾਂ ਨੂੰ 15-15 ਸਾਲ ਲੱਗੇ ਹੋ ਗਏ ਆ। ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ 134 ਮੁਲਾਜ਼ਮ ਆ, ਇਹਨਾਂ ਨੂੰ ਤੁਰੰਤ ਡੀਸੀਗ੍ਰੇਡ ਕੀਤਾ ਜਾਵੇ। ਅਗਰ ਵੀਰ ਬੁੱਧਵਾਰ ਤੱਕ ਸਾਡੀ ਗੱਲ ਨਾ ਮੰਨੀ ਗਈ ਤਾਂ ਵੀਰਵਾਰ ਨੂੰ ਸਾਰੇ ਜਿਹੜੇ ਸਾਡੇ ਬੰਦੇ, ਸਾਡੇ ਜਿੰਨੇ ਮੁਲਾਜ਼ਮ ਆ, ਇਹ ਮੁਕੰਮਲ ਤੌਰ 'ਤੇ ਹੜਤਾਲ ਕਰਨਗੇ, ਜਿਹਨਾਂ ਦੀ ਜ਼ਿੰਮੇਵਾਰੀ ਇਸ ਪ੍ਰਸ਼ਾਸਨ 'ਤੇ ਹੋਊਗੀ, ਅਤੇ ਜਿਹੜੇ ਲੋਕਲ ਪ੍ਰਸ਼ਾਸਨ ਆ ਉਹਨਾਂ ਜ਼ਿੰਮੇਵਾਰ ਹੋਊਗੀ। ਇੱਕ ਸਾਡੀ ਹੋਰ ਮੰਗ ਆ, ਜਿਹੜੇ ਸਾਡੇ ਸੀਵਰ ਬੋਰਡ ਆ, ਸੀਵਰ ਬੋਰਡ ਦੇ ਜਿਹੜੇ ਸਾਡੇ ਮੁਲਾਜ਼ਮ ਆ, ਕਿਸੇ ਵੀ ਪੰਜਾਬ ਦੇ ਵਿੱਚ ਸੀਵਰ ਬੋਰਡ ਮਹਿਕਮੇ ਜਾਣੀ, ਅਸੀਂ ਉਹ ਵੀ ਮੰਗ ਰੱਖਦੇ ਹਾਂ ਕਿ ਜਿਹੜੇ ਸਾਡੇ ਸੀਵਰ ਬੋਰਡ ਜਿੰਨੇ ਵੀ ਸਾਡੇ ਮੁਲਾਜ਼ਮ ਕੱਚੇ ਆ, ਸਾਥੀ ਸੀਵਰਮੈਨ ਆ, ਪਲੰਬਰ ਆ, ਡਰਾਈਵਰ ਆ, ਕੋਈ ਵੀ ਆ, ਉਹਨਾਂ ਨੂੰ ਵੀ ਕਰਮੇ ਲੈਂਦਾ ਜਾਵੇ। ਅਗਰ ਉਹਨਾਂ ਦੀ ਵੀ ਮੰਗ ਨਾ ਮੰਨੀ ਗਈ ਤਾਂ ਉਹ ਵੀ ਜਲਦੀ ਉਹਨਾਂ ਅਸੀਂ ਸਾਰੇ ਰਲ ਕੇ ਅਸੀਂ ਇਕੱਠੇ ਰਲਦੇ ਬੈਠੇ। ਜਿਹੜਾ 5 ਤਰੀਕ ਨੂੰ ਤੁਸੀਂ ਧਰਨਾ ਲਾ ਰਹੇ ਆ, ਅਣਮਿੱਥੇ ਸਮੇਂ ਲਈ ਲਾ ਰਹੇ ਆ ਜਾਂ ਕਿੱਦਾਂ? ਜਿਹੜਾ ਪਿਛਲੇ 2021 'ਚ ਲੱਗੀ ਹੜਤਾਲ ਬੈਠਾ ਜੀ, 2022 'ਚ, 2022 'ਚ ਸੀਗੇ ਨੈਣ ਜੱਸਰ ਮੈਡਮ ਸੀਗੇ ਇੱਥੇ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ ਅਸੀਂ ਤੁਹਾਡੇ ਬੰਦੇ ਜਲਦੀ ਡੀਸਲ ਕਰਾਂਗੇ, ਪਰ 2022 ਵੀ ਲੰਘ ਗਿਆ, 24 ਵੀ ਲੰਘ ਚੱਲਿਆ ਵਾ, ਉਹ ਵੀ ਐਂਡ 'ਤੇ ਆ ਗਈ, ਸਾਲ ਜਾਣ ਵਾਲਾ ਹੀ ਆ, ਪਰ ਫਿਰ ਵੀ ਇਸ ਪ੍ਰਸ਼ਾਸਨ 'ਤੇ ਨਾ ਕਿਸੇ ਕਮਿਸ਼ਨਰ ਦੇ, ਨਾ ਕਿਸੇ DC 'ਤੇ, ਨਾ ਕਿਸੇ ਪੰਜਾਬ ਸਰਕਾਰ ਦੇ ਕੋਈ ਕੰਨ 'ਤੇ ਜੂੰ ਸਰਕੀ ਆ ਵੀ ਜਿਹੜੇ ਸਾਡੇ ਮੁਲਾਜ਼ਮ ਆ 9-10 ਹਜ਼ਾਰ 'ਤੇ ਗੁਜ਼ਾਰਾ ਕਰਦੇ ਆ।
ਅਸੀਂ ਚਾਹੁੰਦੇ ਹਾਂ ਡਿਸੀਜ਼ਨ ਕਰਕੇ ਤੁਰੰਤ ਪੱਕੇ ਕੀਤਾ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਬੱਚੇ ਇਹਨਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਵਧੀਆ ਹੋ ਜਾਵੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਾਰੇ ਉਹ ਝਾੜੂ ਫੇਰੀ ਜਾਣ, ਅਸੀਂ ਵੀ ਚਾਹੁੰਦੇ ਸਾਡੇ ਬੱਚੇ ਪੜ੍ਹ ਕੇ ਕੋਈ ਡੀਸੀ ਬਣੇ, ਕੋਈ IPS ਬਣੇ, ਕੋਈ IAS ਬਣੇ, ਅਸੀਂ ਇਹ ਸਾਡੀ ਪੁਰਜ਼ੋਰ ਮੰਗ ਆ। ਇੱਕ ਵਾਰੀ ਬਹੁਤ ਵਾਰ ਤੱਕ ਫਿਰ ਇੱਕ ਵਾਰੀ ਅਸੀਂ ਚੈਲੰਜ ਕਰੀਏ ਕਿ ਬਹੁਤ ਵਾਰ ਤੱਕ ਸਾਡੀ ਮੰਗ ਨਾ ਮੰਨੀ ਗਈ ਤਾਂ ਫਿਰ ਅਸੀਂ ਦੱਸ ਸਰ ਜਿਹੜੇ ਮੌਕੇ ਦੇ ਅਫਸਰ ਆਉਂਦੇ ਆ ਵਾਰ ਵਾਰ ਤੁਹਾਨੂੰ ਦਿਲਾਸਾ ਦੇ ਕੇ ਚਲੇ ਜਾਂਦੇ ਆ ਅਤੇ ਹਰ ਵਾਰੀ ਤੁਸੀਂ ਮਤਲਬ ਕਿ ਉਹਨਾਂ ਦਾ ਦਿਲਾਸਾ ਕਬੂਲ ਕਰਕੇ ਮਕੀ ਧਰਨਾ ਵਗੈਰਾ ਜੋ ਵੀ ਲਾਉਂਦੇ ਹੋ ਉਠਾ ਲੈਂਦੇ ਆ। ਦੇਖੋ ਹੁਣ ਜਿਹੜੀ ਆ ਆਹ ਜਿਹੜੀ ਸਾਨੂੰ ਦਿਲਾਸਾ ਦਿੰਦੇ, ਸਾਨੂੰ ਮਿੱਠੀ ਗੋਲੀ ਦਿੰਦੇ, ਸਾਡੇ ਮੁਲਾਜ਼ਮ ਵਿਚਾਰੇ ਭੋਲੇ ਭਾਲੇ ਆ, ਇਹਨਾਂ ਨੇ ਪਤਾ ਉਹਨਾਂ ਸਾਡੇ ਦੇ ਉਮੀਦ ਰੱਖੀ ਵੀ ਸਾਡੇ ਜਿਹੜੇ ਮੂੰਹਦਾਰ ਬੰਦੇ ਸਾਨੂੰ ਕਰਾਉਣਗੇ, ਅਸੀਂ ਵੀ ਸ਼ਰਮਿੰਦਾ ਹੋ ਕੇ ਅੰਦਰੋਂ ਬਾਹਰ ਆ ਜਾਂਦੇ ਵੀ ਸਰ ਸਾਡਾ ਕੰਮ ਤਾਂ ਹੋ ਨਹੀਂ ਦੇ ਇਹਨਾਂ ਮੁਲਾਜ਼ਮਾਂ ਨੂੰ ਕੀ ਅਸੀਂ ਜੋਬ ਦੇਈਏ। ਇਸ ਕਰਕੇ ਜਿਹੜੀ ਹੁਣ ਲੜਾਈ ਸਾਡੀ ਹੋਣੀ ਆਰ ਪਾਰ ਦੀ ਲੜਾਈ ਹੋਣੀ ਆ, ਚਾਹੇ ਲੋਕਲ ਪ੍ਰਸ਼ਾਸਨ ਆਵੇ, ਕੋਈ MLA ਆਵੇ, ਕੋਈ ਹਲਕਾ ਇੰਚਾਰਜ ਕੋਈ ਆਵੇ, ਇੱਥੇ ਉੱਠਣਾ ਜਿੰਨਾ ਕੁ ਸਾਡਾ ਕੰਮ ਨਹੀਂ ਹੁੰਦਾ ਅਸੀਂ ਨਹੀਂ ਉੱਠਾਂਗੇ। ਇਹ ਸਾਡਾ ਪੁਰਾਣ, ਅਸੀਂ ਜਿੰਨਾ ਸਾਡੀ ਕੋਈ ਮੰਗ ਨਹੀਂ ਮੰਨੀ ਅਸੀਂ ਇੱਥੋਂ ਧਰਨੇ ਨਹੀਂ ਉੱਠਣਾ ਹੈਗਾ। ਜਿਹੜਾ ਨਗਰ ਨਿਗਮ ਹਾਲ 'ਚ ਇਕੱਠੇ ਹੋਏ, ਮੈਂ ਕ੍ਰਿਸ਼ਨ ਕੁਮਾਰ ਹੀਰੋ, ਅੱਜ ਅਸੀਂ ਜਿਹੜੇ ਕੋਈ ਸਾਡੇ ਸਫਾਈ ਸੇਵਕ ਕਰਮਚਾਰੀ ਜਿਹੜੇ ਆ ਕਾਫੀ ਦੇਰ ਤੋਂ ਕੱਚੇ ਕੰਮ ਕਰਦੇ ਸੀਗੇ, ਅਸੀਂ ਅੱਜ JC ਸਾਹਿਬ ਨੂੰ ਮਿਲਣ ਲਈ ਆਏ ਹਾਂ, ਇੱਕ ਮੰਗ ਪੱਤਰ ਦੇਵਾਂਗੇ ਵੀ ਇਹ ਜਿਹੜੇ ਕੱਚੇ ਸਫਾਈ ਕਰਮਚਾਰੀ ਆ ਇਹਨਾਂ ਨੂੰ ਘੱਟੋ ਘੱਟ DC ਰੇਟ 'ਤੇ ਕੀਤਾ ਜਾਵੇ। ਅੱਜ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ। ਜੈ ਵਾਲਮੀਕੀ, ਹਰ ਹਰ ਵਾਲਮੀਕੀ।